ਫਾਇਦਾ ਮੈਂ ਕਹਾ। ਸੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੱਬ ਦਿਓ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਉਤਰਦੇ ਨਹੀਂ ਹੈਗੇ, ਉਤਰਿਆ ਉਤਰਿਆ ਜਿਹਨੇ ਖਾਣਾ ਖਾ ਲਓ, ਪਕੌੜਾ ਸਮੋਸੇ ਚਾਹ ਪਾਣੀ ਬ੍ਰੈਡ। ਕਿੱਥੇ ਜਾਣਾ ਕਿੱਥੇ ਖਾਣਾ ਇਹ ਸਭ ਮਾਲਕ ਦਾ ਭਾਣਾ। ਯਾਰ ਯਾਰ ਪੁਲ ਜਿਹਾ ਆਉਂਦਾ, ਐਂ ਲੱਗਦਾ ਜਿਵੇਂ ਸਿਰ 'ਚ ਵੱਜੂ। ਇਹ ਇੱਥੇ ਦੀ ਹੈ ਸਕਿਉਰਿਟੀ ਪੁਲਿਸ, ਸੋ ਇਹਨਾਂ ਨੂੰ ਵੀ ਸਮਝ ਘੱਟੇ ਲੱਗਦੀ ਹੈ, ਮੈਨੂੰ ਵੀ ਘੱਟੇ ਲੱਗਦੀ ਹੈ। ਕੰਮ ਚਲਾ ਲਈਦਾ, ਪੁੱਛ ਪੁੱਛ ਕੇ ਇਸ਼ਾਰੇ ਇਸ਼ੂਰਿਆਂ ਨਾਲ ਸਮਝ ਆ ਜਾਂਦੀ ਗੱਲ ਇਹਨਾਂ, ਸੋ ਸਮਝ ਲੈਂਦੇ ਨੇ ਤਕਰੀਬਨ ਮਾੜੀ ਮੋਟੀ ਅੰਗਰੇਜ਼ੀ ਵਿੱਚ। ਜਿਹੜੇ ਸਕਿਉਰਿਟੀ ਵਾਲੇ ਨੇ ਉਹ ਸਮਝ ਲੈਂਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਆ, ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਸੋ ਆਪਾਂ ਹੁਣ ਹੈਗੇ ਚਾਟੂ ਚੱਕ ਬੱਸ ਸਟੈਂਡ ਦੇ, ਇੱਥੋਂ ਆਪਾਂ ਚੈਂਗਰਾਈ ਨੂੰ ਬੱਸ ਫੜਾਂਗੇ। ਸੋ ਪਿੱਛੇ ਰੇਲਵੇ ਸਟੇਸ਼ਨ ਵੀ ਹੈਗਾ, ਟ੍ਰੇਨ ਵੀ ਜਾਂਦੀ ਹੈ ਇੱਥੋਂ। ਏਅਰਪੋਰਟ ਤੋਂ ਇੱਥੇ ਬੱਸ ਆ ਗਈ ਸੀ ਆਪਣੀ, A1 ਬੱਸ ਲੈ ਕੇ ਆਪਾਂ ਇੱਥੇ ਪਹੁੰਚ ਗਏ। ਹੁਣ ਆ 46 ਨੰਬਰ ਕਾਊਂਟਰ ਤੋਂ ਬੱਸ ਆਪਾਂ ਚੱਲੂਗੀ ਇੱਥੋਂ 5 ਵਜੇ ਚੈਂਗਰਾਈ ਨੂੰ। ਚੈਂਗਰਾਈ ਸਾਰੀ ਰਾਤ ਲੱਗ ਜਾਣੀ ਹੈ, ਇੱਥੋਂ 700 ਕਿਲੋਮੀਟਰ ਹੈ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕੋਨ ਦੱਬ ਦਿਓ। ਇੱਦਾਂ ਦਾ ਕੋਈ ਨਜ਼ਾਰਾ ਸੀਗਾ ਬੱਸ ਸਟੈਂਡ ਦਾ ਅਤੇ ਜਿਹੜੀਆਂ ਬੱਸਾਂ ਨੇ, ਅਤੇ ਉਹ ਉੱਦਾਂ ਦੀ ਬੱਸ ਸ਼ਾਇਦ ਆਊਗੀ ਆਪਣੀ ਡਬਲ ਡੈਕਰ ਜੀ। ਸੋ ਆਪਣਾ ਬੈਗ ਆ ਉਹ ਪਿਆ ਨੀਲੇ ਰੰਗ ਦਾ, ਅਤੇ ਇੱਥੇ ਕੋਈ ਨਹੀਂ ਛੇੜਦਾ ਸਮਾਨ, ਆਈ ਛੱਡ ਕੇ ਇੱਧਰ ਉੱਧਰ ਫਿਰੀ ਜਾਂਦੇ ਨੇ ਲੋਕ। ਦਿਸ ਵਨ ਹਾਊ ਮੱਚ? 25 ਓਕੇ। ਬਾਥ ਦਾ ਦੇਖਦੇ ਹਾਂ ਕਿੱਦਾਂ ਟੇਸਟ ਹੈ ਇਹਦਾ। ਇੱਧਰ ਖਾਣ ਪੀਣ ਦਾ ਜਗਾੜ ਵੀ ਹੈਗਾ ਸਾਰਾ, ਪਰ ਮੈਂ ਹਲੇ ਬਾਹਲਾ ਖਾਣਾ ਨਹੀਂ ਕਿਉਂਕਿ ਬੱਸ ਦਾ ਸਫ਼ਰ ਲੰਬਾ। ਥੈਂਕ ਯੂ। ਇੱਥੇ ਨਾ ਬੈਗ ਜਮ੍ਹਾਂ ਹੁੰਦੇ ਆ, ਫੋਨ ਰੀਚਾਰਜ ਕਰਾਉਣਾ ਤਾਂ 20 ਬਾਟ ਦਾ ਫੋਨ ਰੀਚਾਰਜ ਵੀ ਹੋ ਜਾਂਦਾ, ਸੋ ਬੈਗ ਜਮ੍ਹਾਂ ਕਰਕੇ ਤੁਸੀਂ ਇੱਥੇ ਘੁੰਮੋ ਆਲੇ ਦੁਆਲੇ ਬਾਜ਼ਾਰ 'ਚ, ਉਹ ਬੈਗ ਜਮ੍ਹਾਂ ਹੋ ਜਾਂਦੇ ਨੇ ਅਤੇ 20 ਰੁਪਏ ਦਾ ਰੀਚਾਰਜ ਹੋ ਜਾਂਦਾ ਜੇ ਤੁਸੀਂ ਮੋਬਾਈਲ ਚਾਰਜ ਲਾਉਣਾ, ਤਾਂ ਵੀ ਹੋ ਜਾਂਦਾ ਇੱਥੇ ਬੱਸ ਅੱਡੇ 'ਤੇ। ਕਾਫੀ ਰਸ਼ ਹੋ ਗਿਆ, ਪਹਿਲਾਂ ਤਾਂ ਸਾਨੂੰ ਨੁਕਸਾਨ ਗਿਆ ਪਿਆ ਸੀ। ਸੋ ਆਪਾਂ ਹੁਣ ਖਾਂਦੇ ਹਾਂ ਤਰਬੂਜ, ਕਿਉਂਕਿ ਆਪਣਾ ਸਮਾਨ ਉੱਧਰ ਬਾਹਰ ਪਿਆ, ਜੇ ਬਾਹਲੀ ਦੇਰ ਇੱਧਰ ਬੈਠ ਕੇ ਕਿਤੇ ਸਕਿਉਰਿਟੀ ਵਾਲੇ ਕਹਿਣ ਵੀ ਕਿਹਦਾ। 7-11 ਇਹ ਵੀ ਹੈਗਾ ਇੱਥੇ, KFC ਵੀ ਹੈਗਾ, ਸਾਰੇ ਬ੍ਰਾਂਡ ਨੇ ਤਕਰੀਬਨ। ਬੈਗ ਆਪਣਾ ਪਿਆ ਸਾਹਮਣੇ, ਉਹ ਦੇਖੋ ਦੂਰ ਪਿਆ, ਇੱਥੇ ਸਾਹਮਣੇ ਬੈਠ ਕੇ AC ਚੱਲਦਾ ਵਾ, ਉਹ ਨਾਲ ਨਿਗ੍ਹਾ ਰਹੂਗੀ ਬੈਗਾਂ ਕਨੀ। ਕਾਫੀ ਲੋਕ ਇੱਦਾਂ ਬੈਠੇ ਨੇ, ਸੋ ਆਪਾਂ ਵੀ ਇੱਥੇ ਬੈਠਦੇ ਹਾਂ ਅਤੇ ਖਾਂਦੇ ਹਾਂ ਤਰਬੂਜ। ਬਾਈਸਾਈਕਲ ਓਕੇ, ਨੋ ਪ੍ਰੋਬਲਮ, ਨੋ ਪ੍ਰੋਬਲਮ। 200 ਬਾਟ ਓਕੇ।
200 ਰੁਪਇਆ ਲੱਗੂਗਾ ਦੋਨਾਂ ਬੈਗਾਂ ਦਾ, 100 ਰੁਪਇਆ ਨੋ ਨੋ ਹੈਂਡ ਬੈਗ ਓਕੇ ਦੋ ਮੈਨੂੰ ਇਹ ਦੋਨੇ ਬੈਗਾਂ ਦਾ 200 ਬਾਅਦ ਦੰਨੇ ਦੇਣਾ ਹੀ ਪੈਣਾ ਭਾਈ। ਬੱਸ ਮਿਲ ਗਈ ਚੈਂਗਰਾਜ ਦੀ, ਇੱਦਾਂ ਦਾ ਕੁਛ ਬੱਸ ਦਾ ਨਜ਼ਾਰਾ ਅਤੇ ਥੱਲੇ ਡਬਲ ਡੈਕਰ ਬੱਸ ਹੈ, ਉੱਪਰ ਬਿਠਾ ਤਾ ਪਹਿਲੇ ਨੰਬਰ 'ਤੇ। ਸੋ ਹੁਣ ਆਪਾਂ ਤੁਰੂਗੀ ਬੱਸ ਅਤੇ ਅਗਲੇ ਵਿਊ ਤੁਹਾਨੂੰ ਦਿਖਾਉਂਦੇ ਜਾਵਾਂਗੇ। ਸੋ ਬਣੇ ਰਹੇ ਇਸੇ ਤਰ੍ਹਾਂ। ਬਸ ਚੱਲ ਪਈ ਹੈ, 773 ਰੁਪਏ ਦੀ ਟਿਕਟ ਹੈ ਅਤੇ 200 ਰੁਪਏ ਐਕਸਟਰਾ ਬੈਗ ਦਾ ਅਤੇ ਬਾਕੀ 50-55 ਰੁਪਏ ਦਾ ਮੈਂ ਸਮਾਨ ਲੈ ਲਿਆ। ਪਾਣੀ ਇਹਨਾਂ ਵੱਲੋਂ ਫਰੀ ਸੀ ਅਤੇ ਇੱਕ ਉੱਦਾਂ ਦਾ ਕੇਕ ਸੀਗਾ ਛੋਟਾ ਜਿਹਾ। ਸੋ ਹੁਣ ਬਾਹਰ ਨਿਕਲਣ ਲੱਗੀ ਹੈ, ਵਧੀਆ ਵੀਡੀਓ ਬਣੂਗੀ ਪਰ ਵੀਡੀਓ ਲੰਬੀ ਹੋ ਜਾਣੀ ਹੈ ਹੁਣ ਮੂਹਰੇ ਬੈਠਣ ਕਰਕੇ, ਦੇਖੀ ਜਾਂਦੀ ਹੈ ਕਿੰਨੀ ਕੁ ਲੰਬੀ ਬਣਦੀ ਹੈ, ਜਿੱਦਾਂ ਮੇਰਾ ਫੋਨ ਚਾਰਜ ਰਿਹਾ ਉਨਾ ਚਿਰ ਬਣਾਈ ਜਾਣੀ ਹੈ ਮੈਂ। ਸੋ ਦੇਖ ਲਓ ਇਹ ਸੀਗਾ ਬੱਸ ਸਟੈਂਡ, ਇਹ 50-60 ਕਿਲੋਮੀਟਰ ਹੈ ਬੈਂਕੋਕ ਏਅਰਪੋਰਟ ਤੋਂ। ਉਸ ਤੋਂ ਬਾਅਦ ਹੁਣ ਇਹ ਬੱਸ ਜਾਊਗੀ 780 ਕਿਲੋਮੀਟਰ ਚੈਂਗਰਾਈ। ਜਿਹਨੇ ਖਾਣਾ ਰੋਟੀ ਪਾਣੀ ਖਾ ਲਓ, ਚਾਹ ਪਾਣੀ ਛਕ ਲਓ, ਛਕ ਲਓ ਫਟਾਫਟ ਆ ਜਾਓ। ਤਾਰਾਂ ਦੇਖੋ ਬੱਸ ਦੇ ਨਾਲ ਹੀ ਲੱਗੀਆਂ ਹੋਈਆਂ, ਚਾਹੇ ਫੋਨ ਚਾਰਜ ਲਾ ਲਾ ਉੱਪਰੋਂ, ਜਮਾਂ ਹੀ ਨੇੜੇ ਹੀ ਨੇ ਬੱਸ ਦੇ, ਛੱਤ ਦੇ ਨਾਲ ਹੀ ਚੁੰਬੜੀਆਂ ਪਈਆਂ, ਪਤਾ ਨਹੀਂ ਕਿੱਥੇ ਲਾਤੀ ਇਹਨਾਂ ਨੂੰ ਥੱਲੇ ਲਿਆ ਕੇ, ਉਦੋਂ ਪਰੇ ਬੰਨੀਆਂ ਵੀ ਹੋਈਆਂ, ਜਮਾਂ ਹੀ ਨਾਲ ਚੁੰਬੜੀਆਂ। ਇਹ ਢਾਬਾ ਸੀਗਾ ਜਿੱਥੇ ਆਪਾਂ ਰੁਕੇ, ਰੋਟੀ ਖਾ ਕੇ ਹੁਣ ਚੱਲਦੇ ਹਾਂ ਅੱਗੇ। ਚੈਂਗਰਾਈ ਹਲੇ ਰਾਤ ਆ, ਹੁਣ ਇੱਥੇ ਵੇਟ ਕਰਾਂਗੇ, ਚਾਹ ਪਾਣੀ ਪੀਂਦੇ ਹਾਂ ਫਿਰ ਕਰਦੇ ਹਾਂ ਅਗਲੀ ਕਾਰਵਾਈ। ਪਾਰਕਿੰਗ ਏਰੀਆ ਹੈਗਾ, ਬੈਠਾਂਗੇ ਥੋੜ੍ਹੀ ਦੇਰ। ਦੇਖ ਲਓ ਕਿੱਦਾਂ ਬੋਲਦੇ ਨੇ ਇੱਥੇ, ਕੀ ਹਾਲ ਆ, ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਸੋ ਦਿਨ ਚੜ੍ਹ ਚੁੱਕਿਆ, ਹੁਣ ਆਪਾਂ ਖੋਲਦੇ ਹਾਂ ਇਹਨੂੰ, ਓਪਨ ਕਰਦੇ ਹਾਂ ਸਾਈਕਲ ਨੂੰ। ਸੋ ਹੁਣ ਆਪਾਂ ਇੱਥੋਂ ਜਾਵਾਂਗੇ TT ਹੋਸਟਲ, 6 ਕਿਲੋਮੀਟਰ ਹੈ
ਮੈਨੂੰ ਤਾਂ ਐਂ ਸੀ ਵੀ ਦੂਰ ਹੋਊਗਾ ਥੋੜ੍ਹਾ ਜਿਹਾ ਪਹਾੜੀ ਏਰੀਆ ਲੱਗਦਾ ਸੀ ਦੇਖਣ ਨੂੰ, ਵਿੱਚ ਵਿੱਚ ਉੱਚਾ ਨੀਵਾਂ ਜਿਹਾ ਰਸਤਾ ਆਇਆ। ਅਤੇ ਹੁਣ ਇੱਥੇ ਸਾਈਡ 'ਤੇ ਮੈਨੂੰ ਸਕਿਉਰਟੀ ਵਾਲਾ ਕਹਿੰਦਾ ਵੀ ਇੱਥੇ ਖੋਲ੍ਹ ਲਾ ਤੂੰ ਆਪਣਾ, ਮੈਂ ਪੁੱਛ ਕੇ ਲੱਗਿਆ ਇਹਨੂੰ ਖੋਲ੍ਹਣ। ਸੋ ਖੋਲ੍ਹਦੇ ਹਾਂ ਫਿਰ, ਚੱਲਦੇ ਹਾਂ ਅਗਲਾ ਸਫ਼ਰ, ਦੇਖਦੇ ਹਾਂ ਕਿੱਦਾਂ ਦਾ ਹੁੰਦਾ। ਹੁਣ ਆਪਾਂ ਇਹਨੂੰ ਹਵਾ ਹਵਾ ਕੱਢੀ ਹੋਈ ਹੈ ਨਾ, ਜਹਾਜ਼ 'ਚ ਚੜ੍ਹਾਉਣ ਲੱਗੇ ਹਵਾ ਕੱਢ ਦਿੰਦੇ ਨੇ, ਚੜ੍ਹਾਉਂਦੇ ਨੇ ਮਤਲਬ, ਉਹ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਹੀ ਹੈ। ਸੋ ਹੁਣ ਆਪਾਂ ਇਹ 'ਚ ਹਵਾ ਭਰਾਂਗੇ, ਨਾਲੇ ਟਾਇਰ ਟੂਰ ਕਾਸ ਕੇ ਤੁਰਦੇ ਹਾਂ ਹੋਸਟਲ ਵੱਲ। ਬਣੇ ਰਹੋ ਇਸ ਤਰ੍ਹਾਂ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਦੱਬ ਲਿਓ। ਧੰਨਵਾਦ ਸਾਰਿਆਂ ਦਾ, ਥੈਂਕ ਯੂ। ਆਪਾਂ ਭਰ ਲਈਏ ਟਾਇਰਾਂ 'ਚ ਹਵਾ, ਫੇਰ ਮਿਲਦੇ ਹਾਂ ਬ੍ਰੇਕ 'ਚ ਬਾਅਦ। ਇੱਕ ਬਾਈ ਜੀ ਆਏ ਥੇ, ਉਹ ਬੋਲ ਰਹੇ ਮੈਂ ਚਾਏ ਲੈ ਕੇ ਆਤਾ ਹੂੰ, ਤੁਹਾਨੂੰ ਚਾਏ ਨਹੀਂ ਪੀਆ ਲੱਗਦਾ ਮੇਰੇ ਕੋਲ। ਸੁਬਹ 4 ਵਜੇ ਇੱਥੇ ਬੈਠੇ ਹੋਏ ਥੇ ਯਹਾਂ ਪੇ, ਮੈਨੇ ਤੋ ਫਿਰ ਕੁਛ ਨਹੀਂ ਬੋਲਾ, ਮੈਨੇ ਸੋਚਾ ਮਨ ਤੋ ਮੇਰਾ ਵੀ ਕਰ ਰਹਾ ਥਾ ਚਾਏ ਪੀਣੇ ਕੇ ਲੀਏ, ਉਹ ਆਪਣੇ ਆਪ ਹੀ ਬੋਲ ਦਿਆ, ਉਹਨਾਂ ਨੇ ਬੋਲਦਾ ਹੂੰ ਚਾਏ ਲੈ ਕੇ ਆ ਰਹਾ ਹੂੰ। ਮਤ ਆਪ ਯਹਾਂ ਬੈਠੀਏ, ਨਹੀਂ ਠੰਡਾ ਨਹੀਂ ਹੈ, ਬੈਠੀਏ। ਭਾਈ ਜੀ ਚਾਏ ਕੌਫੀ ਲੈ ਕੇ ਆ ਗਏ ਮੇਰੇ ਕੋਲ ਸੁਬਹੇ ਸੁਬਹੇ, ਥੈਂਕ ਯੂ। ਬੈਠੀਏ ਆਪ, ਬੈਠੀਏ ਜੀ। ਮਿਲੇ ਥੇ ਮੇਰੇ ਕੋ, ਮੈਨੇ ਅਭੀ ਚਾਏ ਪੀਆ, ਕੌਫੀ ਲਾ ਕੇ ਦੀ ਇਹਨਾਂ ਨੇ। ਤੋ ਯੇ ਹਾਂ ਯੂਪੀ ਸੇ ਹੈ, ਕਹਾਂ ਸੇ ਹੈ ਭਾਈ? ਯੂਪੀ ਗੋਰਖਪੁਰ। ਗੋਰਖਪੁਰ ਸੇ ਹੈ ਤੋ ਯੂਪੀ ਮੇ ਤੋ ਜ਼ਿਆਦਾ ਦੇਰ ਮੇਰੇ ਕੋਲ ਰੁਕਣੇ ਕਾ ਮੌਕਾ ਨਹੀਂ ਮਿਲਾ, ਤੋ ਯਹਾਂ ਯੂਪੀ ਵਾਲੇ ਮਿਲ ਕੇ ਦੇਖ ਲਓ ਆਪਣੇ ਸਵਾਗਤ ਕਰ ਦਿਆ ਪੂਰਾ ਯਹਾਂ। ਤੋ ਹੁਣ ਦੇਖਦੇ ਹਾਂ ਆਪਾਂ ਅੱਗੇ, ਹੁਣ ਇਸ ਤੋਂ ਬਾਅਦ ਜਾਵਾਂਗੇ ਹੋਸਟਲ। ਬਾਈ ਜੀ ਇੱਥੇ ਜੋਬ ਕਰਦੇ ਹਾਂ, ਕੰਮ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਹੈ ਨਾ? ਸੋ ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਬਹੁਤ ਚੰਗਾ ਲੱਗਿਆ। ਤੋ ਆਪਕਾ ਬਹੁਤ ਬਹੁਤ ਥੈਂਕ ਯੂ। ਅਬ ਮੇਰਾ ਹੱਥ ਦੂਸਰਾ ਉਧਰ ਹੈ। ਸੋ ਵੀਰ ਜੀ ਮੇਰੀ ਹੈਲਪ ਕਰ ਰਹੇ ਹਾਂ, ਹੁਣ ਉਹਦੇ ਵਿੱਚ ਟਰਾਂਸਲੇਟ ਵਾਲਾ ਉਹ ਡਾਊਨਲੋਡ ਕਰਕੇ ਦੇਣਗੇ ਮੈਨੂੰ, ਫਿਰ ਥੋੜ੍ਹਾ ਬਹੁਤਾ ਮੈਨੂੰ ਸੌਖਾ ਹੋ ਜੂਗਾ, ਕਿਉਂਕਿ ਉਹਦੇ ਵਿੱਚ ਐਪ ਦੇ ਵਿੱਚ ਮੈਨੂੰ ਉੱਦਾਂ ਇਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਹੈ, ਕਹਿੰਦੇ ਮੈਂ ਤੁਹਾਨੂੰ ਦੱਸਦਾ ਕਿਹੜਾ ਐਪ ਹੈ। ਹਾਂ ਆਪ ਕਿੰਨੀ ਦੇਰ ਸੇ ਆ ਪਿਓ? 4 ਵਜੇ ਸੇ। ਤੋ ਮੈਨੇ ਨਹੀਂ ਦੇਖਾ, ਅਗਰ ਮੈਂ ਦੇਖ ਲੈਤਾ ਤਾਂ ਮੈਂ ਪਹਿਚਾਣ ਜਾਤਾ ਆਪਕੋ, ਬੈਠੇ ਹੋਏ ਥੇ ਮੈਨੇ ਇੱਕ ਵਾਰ ਦੇਖਾ ਆਪਕੋ, ਲਗਾ ਕਿ ਆਪ ਅੱਖੇ ਥੋੜ੍ਹਾ ਸੁੱਕ, ਮੈਂ ਸੋਚਾ ਆਰਾਮ ਕਰ ਰਹੇ ਹਾਂ। ਨਹੀਂ ਨਹੀਂ ਆਰਾਮ, ਮੈਂ ਦੇਖਾ, ਮੈਂ ਬਾਕੀ ਹਫ਼ਤੇ ਬੋਲੇ ਬਾਕੀ। ਹਾਂ ਨਹੀਂ ਬੋਲੇ, ਚਲੋ ਠੀਕ ਹੈ ਜੀ, ਫਿਰ ਮਿਲਦੇ ਹਾਂ, ਥੈਂਕ ਯੂ। ਖੜ੍ਹੇ ਹਾਂ ਇਸ ਟਾਈਮ ਚੈਂਗਰਾਈ ਦੇ ਬੱਸ ਸਟੈਂਡ 'ਤੇ। ਸੋ ਚੈਂਗਰਾਈ ਦਾ ਬੱਸ ਸਟੈਂਡ ਖਾਲੀ ਪਿਆ, ਦੋ ਬੱਸਾਂ ਸਵੇਰੇ ਸਵੇਰੇ ਆ ਕੇ ਖਾਲੀ ਹੋ ਗਈਆਂ ਵੱਡੀਆਂ, ਅਤੇ ਵੱਡੀਆਂ ਬੱਸਾਂ ਇੱਥੇ ਡਬਲ ਡੈਕਰ ਚੱਲਦੀਆਂ ਨੇ ਵਧੀਆ, 100-120 ਦੀ ਸਪੀਡ 'ਤੇ ਚੱਲਦੀਆਂ। ਅਤੇ ਇੱਥੇ ਹੁਣ ਆਪਾਂ ਸਾਈਕਲ ਫਿੱਟ ਕਰ ਲਿਆ, ਹੁਣ ਆਪਾਂ ਚੱਲਾਂਗੇ ਹੋਸਟਲ ਨੂੰ, ਹੋਸਟਲ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਦਾ, ਅਤੇ ਇੱਥੇ ਵਧੀਆ ਹੈਲਪਫੁੱਲ ਸਾਰਾ ਹੀ ਸਟਾਫ,
ਟੈਕਸੀ ਵਾਲੇ ਵੀ ਪੁੱਛਦੇ ਸੀ ਟੈਕਸੀ ਜਾਣਾ ਟੈਕਸੀ ਛੱਡਿਆ, ਮੈਂ ਬੈਠ ਕੇ ਅੰਦਰ ਘੰਟਾ ਆਰਾਮ ਕੀਤਾ। ਸੋ ਹੁਣ ਆਪਾਂ ਚੱਲਦੇ ਹਾਂ ਪੀਟੀ ਹੋਸਟਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੱਛੇ ਡਾਲੇ ਵਾਲੀਆਂ ਜ਼ਿਆਦਾ ਪਸੰਦ ਕਰਦੇ ਹਾਂ, ਇੱਕ ਆਹ ਖੜੀ ਹੈ ਇੱਕ ਉਹ ਖੜੀ ਹੈ, ਪਰ ਡਾਲੇ ਵਾਲੀਆਂ ਜ਼ਿਆਦਾ ਦੇਖਣ ਨੂੰ ਮਿਲੀਆਂ ਨੇ। ਰਾਜ ਵੀ ਜਿੰਨੀਆਂ ਵੀ ਲੰਘਦੀਆਂ ਸੀ ਸਾਰੀਆਂ ਡਾਲੇ ਵਾਲੀਆਂ। ਆਹ ਵੀ ਬਸ ਕੈਂਗਰਾਈ। ਥੈਂਕ ਯੂ ਬਹੁਤ ਬਹੁਤ ਆਪਕਾ ਮਿਲ ਕੇ ਅੱਛਾ ਲਗਾ। ਸੋ ਅਬ ਮੈਂ ਜਾ ਰਹਾ ਹੂੰ ਹੋਸਟਲ। ਬਾਤੇਂ ਬੁਤੇ ਬੜੀਆ ਹਮਨੇ ਕੀ ਇੱਕ ਘੰਟਾ ਇੱਧਰ ਉੱਧਰ। ਹਾਂ ਆਪਣਾ ਆਦਮੀ ਮਿਲ ਜਾਤਾ ਤਾਂ ਅੱਛਾ ਲੱਗਦਾ। ਸਹੀ ਬਾਤ। ਸੋ ਇਹ ਵੀ ਮਿਲ ਜਾਂਦੀਆਂ ਰੈਂਟ 'ਤੇ, ਅਤੇ ਪਿੱਛੇ ਟੈਕਸੀਆਂ ਵੀ ਖੜੀਆਂ, ਟੈਕਸੀ ਵੀ ਲੈ ਸਕਦੇ ਤੁਸੀਂ ਰੈਂਟ 'ਤੇ, ਅਤੇ ਆਪਣੇ ਕੋਲ ਆਪਣੀ ਟੈਕਸੀ ਹੈਗੀ ਆ। ਚੱਲਦੇ ਹਾਂ ਅੱਗੇ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਚੈਂਗਰਾਈ ਥਾਈਲੈਂਡ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਪਾਂ ਪਹੁੰਚ ਗਏ ਹੋਏ ਹਾਂ, ਭੁੱਲ ਜਾਂਦਾ 45+ ਹੋ ਗਿਆ ਕੰਮ। ਸੋ ਇਹ ਹੈਗਾ ਜੀ ਚੈਂਗਰਾਈ ਦਾ ਬੱਸ ਸਟੈਂਡ, ਟਰਮੀਨਲ 2, ਟਰਮੀਨਲ 1 ਵੀ ਹੋ ਸਕਦਾ, ਪਤਾ ਨਹੀਂ ਹੁਣ ਕਿੱਥੇ ਆ। ਹੁਣ ਆਪਾਂ ਥੱਕੇ ਹੋਏ ਹਾਂ, ਪੂਰਾ ਰਾਤ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਚੈਂਗਰਾਈ। ਚੈਂਗਰਾਈ ਤੋਂ ਹੁਣ ਆਪਾਂ ਸਾਈਕਲ 'ਤੇ ਚੱਲੇ ਹਾਂ ਹੋਸਟਲ ਨੂੰ। ਹੋਸਟਲ ਤੋਂ ਬਾਅਦ ਜਿਹੜਾ ਕੋਈ ਆਲੇ ਦੁਆਲੇ ਘੁੰਮਣ ਵਾਲੀ ਜਗ੍ਹਾ ਉਹ ਦਿਖਾਵਾਂਗੇ, ਨਹੀਂ ਤਾਂ ਫਿਰ ਰੈਸਟ ਕਰਾਂਗੇ। ਸੋ ਥੋੜ੍ਹੇ ਦਿਨਾਂ ਬਾਅਦ ਆਪਾਂ ਕੰਬੋਡੀਆ ਵੀ ਜਾਣਾ ਹੈ, ਅਤੇ ਕੰਬੋਡੀਆ ਲਾਓਸ ਜਿੱਥੇ ਨੂੰ ਵੀ ਬਣ ਗਿਆ ਪ੍ਰੋਗਰਾਮ, ਦੇਖਦੇ ਹਾਂ ਕਿੱਥੇ ਦਾ ਬਣਦਾ। ਦਾਣਾ ਪਾਣੀ ਲੈ ਜਾਣਾ, ਦਾਣਾ ਪਾਣੀ ਸਭ ਤੇਰਾ ਹੈ। ਅਤੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਰਪਾ ਕੀਤੀ ਹੈ ਅਤੇ ਇੱਥੇ ਤੱਕ ਪਹੁੰਚ ਗਏ ਹਾਂ। ਸੋ ਬਾਬਿਆਂ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚੇ ਹਾਂ ਆਪਾਂ। ਸੋ ਪਰਮਾਤਮਾ ਨੂੰ ਯਾਦ ਰੱਖੋ, ਕੰਮ ਕਰ 'ਤੇ ਜ਼ੋਰ ਦੇ ਕੇ ਰੱਖੋ, ਮਿਹਨਤ ਕਰਦੇ ਰਹੋ। ਸੋ ਇੰਨਾ ਹੀ ਆ। ਸੋ ਮਿਲਦੇ ਹਾਂ ਫਿਰ ਕਿਸੇ ਅਗਲੀ ਵਧੀਆ ਵੀਡੀਓ ਬਾਅਦ ਸਾਰਿਆਂ ਦਾ ਵੀਡੀਓ ਦੇਖਣ ਲਈ। ਸੋ ਬਣੇ ਰਹੋ ਇਸੇ ਤਰ੍ਹਾਂ ਚੈਨਲ 'ਤੇ, ਤੁਹਾਡੀ ਸਪੋਰਟ ਦੀ ਲੋੜ ਹੈ। ਸੋ ਆਪਾਂ ਫਿਰ ਸਾਰੀ ਦੁਨੀਆ ਘੁੰਮ ਦਾਂਗੇ ਜੇ ਤੁਸੀਂ ਇੱਦਾਂ ਹੀ ਹੋਰ ਸਪੋਰਟ ਬਣਾਈ ਰੱਖੋਗੇ, ਨਹੀਂ ਤਾਂ ਫਿਰ ਦੇਖੀ ਜਾਂਦੀ ਹੈ ਕੀ ਬਣਦਾ। ਓਕੇ ਧੰਨਵਾਦ ਜੀ ਸਾਰਿਆਂ ਦਾ। ਕਿੱਥੇ ਖਾਣਾ ਇਹ ਸਭ ਮਾਲਕ ਦਾ ਭਾਣਾ, ਇਹ ਸਭ ਦਾਣਾ ਪਾਣੀ ਤੇਰਾ ਹੈ, ਸਭ ਦਾਣਾ ਪਾਣੀ ਤੇਰਾ।